ਫਾਇਦ ਗਿਣੀ ਦਾ ਰਾਮ ਵੇਲੇ ਵਿੱਚ ਖੁਸ਼ੀ ਦੇ ਰਾਤ ਗੁਜ਼ਾਰੀ ਤੇ ਵੇਲਾ ਫਜ਼ਰ ਦਾ ਪਿਆਸ ਖਿੰਦਾ ਇਹ ਜ਼ਿਕਰ ਮੈਨੂੰ ਉਸ ਵੇਲੇ ਦਾ ਯਾਦ ਆਇਆ ਉਹ ਜਿਸ ਵੇਲੇ ਰਾਹਬ ਤੂੰ ਪੀਰ ਦਾ ਪਿਆ ਸੀਸ ਮਗਿੰਦਾ ਰਾਮ ਮਰ ਗਿਆ ਮਰਨ ਤੂੰ ਪਹਿਲੂ ਜਿਵੇਂ ਮਸਤ ਫਕੀਰ ਮਰਿੰਦਾ ਉਹ ਤਾਂ ਕਿਸੇ ਦੇ ਰਾਜਾ ਵੇ ਨਾ ਸੀਸ ਇਮਾਮ ਦਾ ਕੋਈ ਚੰਗਾ ਤਾਂ ਸੋਲ ਦੇ ਮਰਿੰਦਾ ਰਾਮ ਸਵਾਦੀ ਦੇ ਵੱਡੇ ਫਰਜ਼ਾਂ ਦਾ ਪਿਆ ਸੀਸ ਕਟਿੰਦਾ ਉਹ ਨਾ ਲਿਆ ਜ਼ਲਮਾਂ ਤੇ ਪਿੱਛਾ ਪਿਆ ਮੋੜ ਛਟਿੰਦਾ ਰਾਹਬ ਦੂਏ ਦਾ ਸਿਰ ਲਾ ਕੇ ਦਿੱਤਾ ਉਹ ਨਾ ਲਿਆ ਜ਼ਲਮਾਂ ਪਿੱਛਾ ਪਿਆ ਮੋੜ ਪਰ ਤਿੰਦਾ ਰਾਹਬ ਸਵਾਲੀ ਤ੍ਰੀਏ ਫਰਜ਼ੰਦ ਦਾ ਸਿਰ ਲਾ ਕੇ ਦਿੱਤਾ ਉਹ ਨਹੀਂ ਲਿਆ ਜ਼ਲਮਾਂ ਆਦੇ ਉਹ ਸ਼ੀਸ ਇਮਾਮ ਦਾ ਖਾਸਨ ਨਹੀਂ ਆਮਾਂ ਦੇ ਕੋਲ ਕਰ ਭਾਈਂਦਾ ਰਾਹਬ ਸਵਾਲੀ ਚੌਥੇ ਫਰਜ਼ੰਦ ਦਾ ਸਿਰ ਲਾ ਕੇ ਦਿੱਤਾ ਉਹ ਨਾ ਲਿਆ ਜ਼ਲਮਾਂ ਆਦੇ ਸੋਨਾ ਨਹੀਂ ਸਿੱਕੇ ਦੇ ਮੁੱਲ ਤੂੰ ਦਿੰਦਾ ਰਾਹਬ ਸਵਾਲੀ ਪੰਜਵੇਂ ਫਰਜ਼ੰਦ ਦਾ ਸਿਰ ਲਾ ਕੇ ਦਿੱਤਾ ਉਹ ਨਹੀਂ ਲਿਆ ਜ਼ਲਮਾਂ ਆਦੇ ਸੋਨਾ ਨਹੀਂ ਚਾਂਦੀ ਦੇ ਮੁੱਲ ਵਿਚਿੰਦਾ ਰਾਮ ਸਵਾਲੀ ਛੇਵੇਂ ਫਰਜ਼ੰਦ ਦਾ ਸਿਰ ਲਾ ਕੇ ਦਿੱਤਾ ਉਹ ਨਾ ਲਿਆ ਜ਼ਲਮਾਂ ਤੇ ਆਦੇ ਯੂਸਫ ਨੇ ਯਕੀਨ ਮੁੱਲ ਵਿਚਿੰਦਾ ਰਾਮ ਸਵਾਲੀ ਸੱਤਵੇਂ ਫਰਜ਼ੰਦ ਦਾ ਸਿਰ ਲਾ ਕੇ ਦਿੱਤਾ ਉਹ ਨਹੀਂ ਲਿਆ ਜ਼ਲਮਾਂ ਆਦੇ ਉਹ ਨਾ ਲਾਇਆ ਸੀਸ ਇਮਾਮ ਦਾ ਖਾਸਨ ਨਹੀਂ ਆਮਾਂ ਦੇ ਕੋਲ ਕਰ ਮਹਿੰਦਾ ਇਬਨ ਜ਼ਿਆਦਾ ਦਾ ਉਹ ਨਾ ਲਾਇਆ ਸੀਸ ਇਮਾਮ ਦਾ ਮੇਰਾ ਸ਼ਕੂਚ ਦਾ ਪੇ ਭਾਰ ਲਦੀਂਦਾ ਸੀਸ ਕੀ ਹੁਸੈਨ ਦੇ ਚੋ ਆਵਾਜ਼ ਆਇਆ ਤੈ ਰੋਂਦੇ ਨੂੰ ਛੱਡ ਜਾਵਾਂ ਮੈਂ ਕਹਿੰਦਾ ਲਾਜਪਾਲ ਪੀਰ ਇਮਾਮ ਹੁਸੈਨ ਸਦੀਂਦਾ ਇਹਨਾਂ ਦੇ ਸਿਰ ਜੋੜ ਨਾਲ ਧੜਾਂ ਦੇ ਮੇਰੇ ਗਰਦੇ ਵਿੱਚ ਕਦਰੇ ਨੂਰ ਦੇ ਲੈ ਕੇ ਦਖਵਾ ਤੇ ਲਾਇਕ ਜਾਂਦੀ ਅੰਗ
ਸਾਜਾਂਗਾਲੇ ਤੁਮਾਰਾ ਆਈ ਆਇਆ ਕੋਈ
Yeah.